ਮਿੰਦਰ ਭਗਤ ਜੜੀ ਆਪਣੇ ਘਰ ਤੋਂ ਨਿਕਲ ਰਹੇ ਨੇ ਚੋਣ ਪ੍ਰਚਾਰ ਦੇ ਲਈ ਪਗ ਜੀ ਨਿਕਲ ਲੱਗੇ ਹੋ ਹੁਣ ਤਾਂ ਮਹਿਜ਼ ਕੁਝ ਘੰਟੇ ਹੀ ਰਹਿ ਗਏ ਕੀ ਲੱਗਦਾ ਹੈ ਕੀ ਹਾਲਾਤ ਨੇ ਕੀ ਸਥਿਤੀ ਹੈ ਸਾਰੇ ਇਲਾਕੇ ਦੇ ਵਿੱਚ ਲਗਾਤਾਰ ਮੁਖੰਤੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਾਰੀ ਟੀਮ ਜੋ ਹੈ ਐਮ ਐਲ ਏ ਸਹਿਬਾਨ ਮਨਿਸਟਰ ਸਹਿਬਾਨ ਚੇਅਰਮੈਨ ਸਹਿਬਾਨ ਸਾਰੇ ਅਸੀਂ ਸਾਰੇ ਵਲੰਟੀਅਰ ਸਹਿਬਾਨ ਅਸੀਂ ਦਿਨ ਰਾਤ ਪ੍ਰਚਾਰ ਕਰ ਰਹੇ ਆਂ ਉਹ ਲੋਕਾਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਪਹੁੰਚਾ ਰਹੇ ਆਂ ਔਰ ਜਨਤਾ ਵੱਲੋਂ ਬਹੁਤ ਤਕੜਾ ਹੰਗਾਰਾ ਮਿਲ ਰਿਹਾ ਹੈ ਔਰ ਜਨਤਾ ਨੇ ਤੈਅ ਕੀਤਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦਾ ਹੀ ਐਮਐਲਏ ਚੁਣ ਕੇ ਲਿਆਣਾ ਹੈ ਤਾਂ ਕਿ ਉਹਨੂੰ ਐਮਐਲਏ ਬਣਾਣਾ ਹੈ ਉਮੀਦਵਾਰ ਨੂੰ ਤਾਂ ਕਿ ਸਾਡੇ ਕੰਮ ਕਰਾ ਸਕੇ ਅੱਛਾ ਕੀ ਲੱਗਿਆ ਲੋਕਾਂ ਦੇ ਵਿੱਚ ਤੁਸੀਂ ਗਏ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਹੈ ਕਿ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਮੁੱਖ ਮੰਤਰੀ ਪਰਿਵਾਰ ਸਮੇਤ ਐਦਾਂ ਘਰ ਘਰ ਤੱਕ ਪਹੁੰਚੇ ਹੋਣ ਤੁਸੀਂ ਪ੍ਰੋਗਰਾਮਾਂ ਦੇ ਵਿੱਚ ਨਾਲ ਹੋਣੇ ਮੁੱਖ ਮੰਤਰੀ ਸਾਹਿਬ ਦੇ ਕੀ ਲੱਗਦਾ ਹੈ ਲੋਕਾਂ ਦੇ ਵਿੱਚ ਪ੍ਰਭਾਵ ਕੀ ਜਾ ਰਿਹਾ ਹੈ ਕੀ ਲੋਕ ਤੁਹਾਡੀਆਂ ਗੱਲਾਂ ਤੁਹਾਡੀਆਂ ਨੀਤੀਆਂ ਦੇ ਨਾਲ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਬੰਦਾ ਭਾਂਪਤਾ ਜਾਂਦਾ ਹੀ ਹੈ ਕਿ ਹਾਲਾਤ ਕੀ ਨੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਸਾਰਾ ਪਰਿਵਾਰ ਇਲੈਕਸ਼ਨ ਦੇ ਵਿੱਚ ਆਪਣੇ ਉਮੀਦਵਾਰ ਦੇ ਪ੍ਰਚਾਰ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਨਾ ਉਹਨਾਂ ਦਾ ਬਹੁਤ ਮੈਰੀ ਨਹੀਂ ਮਹਿਸੂਸ ਕਰ ਰਿਹਾ ਕਿ ਉਹਨਾਂ ਦਾ ਇਦਾਂ ਦੇ ਮੁੱਖ ਮੰਤਰੀ ਕਦੇ ਨਹੀਂ ਮਿਲਨੇ ਪੰਜਾਬ ਨੂੰ ਸੋ ਇਸ ਕਰਕੇ ਮੈਂ ਚਾਹਾਂਗਾ ਸਾਰੀ ਪੰਜਾਬ ਦੀ ਜਨਤਾ ਨੂੰ ਅਪੀਲ ਕਰਾਂਗਾ ਖਾਸ ਕਰਕੇ ਜੰਦਰ ਬੈਸਤ ਜਨਤਾ ਨੂੰ ਕਿ ਆਓ ਉਸ ਮੁੱਖ ਮੰਤਰੀ ਦਾ ਸਾਥ ਦਿਈਏ ਜਿਹੜੇ ਸਾਡੇ ਵਾਸਤੇ ਦਿਨ ਰਾਤ ਸੋਚਦੇ ਨੇ ਸਾਡੇ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੀ ਤਰੱਕੀ ਲਈ ਰੰਗਲਾ ਪੰਜਾਬ ਬਣਾਉਣ ਵਾਸਤੇ ਲਗਾਤਾਰ ਪ੍ਰਯਾਸ ਕਰੇ ਨੇ ਅਸੀਂ ਉਹਦੇ ਨਾਲ ਖੜੇ ਹੋਈਏ ਉਹਦਾ ਸਹਿਯੋਗ ਕਰੀਏ ਉਹਦਾ ਸਾਥ ਦਈਏ ਇਲਜ਼ਾਮ ਬਾਜੀ ਦਾ ਦੌਰ ਵੀ ਪੂਰੇ ਇਸ ਚੋਣ ਦੇ ਦੌਰਾਨ ਦੇਖਣ ਨੂੰ ਮਿਲਿਆ ਚਾਹੇ ਮੁੱਖ ਮੰਤਰੀ ਦੇ ਪਰਿਵਾਰ ਤੇ ਇਲਜ਼ਾਮ ਲਾਉਣ ਦੀ ਗੱਲ ਹੋਵੇ ਤੇ ਚਾਹੇ ਤੁਹਾਡੇ ਵੱਲੋਂ ਕਾਂਗਰਸ ਉਮੀਦਵਾਰ ਤੇ ਇਲਜ਼ਾਮ ਲਾਉਣ ਦੀ ਗੱਲ ਹੋਵੇ ਕਾਂਗਰਸ ਉਮੀਦਵਾਰ ਤੇ ਕੱਲ ਜਦੋਂ ਤੁਹਾਡੀ ਪਾਰਟੀ ਵੱਲੋਂ ਸਵਾਲ ਚੱਕੇ ਗਏ ਇੱਕ ਪਲਾਟ ਨੂੰ ਲੈ ਕੇ ਉਹ ਕਹਿੰਦੇ ਨੇ ਰੋਕਿਆ ਕਿਨੇ ਆ ਜਾਂਚ ਕਰਵਾਓ ਇਸ ਦੂਬਾ ਲੇਟ ਹੋ ਜਾਓਗੇ ਛਿਛਿਤੀ ਕਰਵਾਓ ਕਹਿੰਦੇ ਕਰੋ ਕਾਰਵਾਈ ਦੇਖੋ ਪ੍ਰੈਸ ਕਾਨਫਰੰਸ ਵਿੱਚ ਜਿਹੜਾ ਮੈਂ ਉਹਨਾਂ ਦੀ ਸਟੇਟਮੈਂਟ ਨਹੀਂ ਦੇਖੀ ਜਨਾ ਕਿਹਾ ਹੈਗਾ ਸੋ ਜੋ ਵੀ ਹੁੰਦਾ ਕੋਈ ਅਗਰ ਕੱਲ ਕਰ ਰਿਹਾ ਹੈ ਜੋ ਵੀ ਸਚਾਈ ਹੈਗੀ ਤੁਹਾਨੂੰ ਪਤਾ ਕੋਈ ਸਚਾਈ ਛੁਪਦੀ ਨਹੀਂ ਹੈਗੀ ਜੋ ਚੀਜ਼ ਹੈਗੀ ਸਾਹਮਣੇ ਆ ਜਾਏਗੀ ਸੋ ਇਸ ਕਰਕੇ ਰਹਿ ਗਿਆ ਕਿ ਸਾਡਾ ਜਿਹੜਾ ਇਸ ਸਮੇਂ ਮੇਨ ਮੁੱਦਾ ਹੈਗਾ ਉਹ ਹੈਗਾ ਜਨਤਾ ਦੀ ਭਲਾਈ ਲਈ ਕੰਮ ਕਰਨਾ ਜਨਤਾ ਨੂੰ ਮੋਢਲੀਆਂ ਲੋੜਾਂ ਮੁਹੱਈਆ ਕਰਾਣਾ ਤਾਂ ਕਿ ਜੋ ਪੰਜਾਬ ਸਰਕਾਰ ਦੀ ਸੋਚ ਹੈ ਉਹ ਲੋਕਾਂ ਤੱਕ ਪਹੁੰਚੇ ਔਰ ਲੋਕਾਂ ਦੇ ਕੰਮ ਹੋਣ ਜੋ ਸਾਡਾ ਕੋਈ ਵੀ ਸਰਕਾਰ ਜੋ ਹੈ ਵਨੰਦੇ ਬਾਅਦ ਉਦੀ ਜ਼ਿੰਮੇਵਾਰੀ ਬੰਦੀ ਹੈ ਕਿ ਲੋਕਾਂ ਦਾ ਕੰਮ ਕਰਨੇ ਲੋਕਾਂ ਦੇ ਵਿਕਾਸ ਲਈ ਲੋਕਾਂ ਦੇ ਭਲੇ ਲਈ ਪਾਲਿਸੀ ਲੈ ਕੇ ਆਈਆਂ ਔਰ ਰਮਾਨ ਸਾਹਿਬ ਦਿਨ ਰਾਤ ਪੰਜਾਬ ਦੀ ਸੇਵਾ 'ਚ ਲੱਗੇ ਨੇ ਬਹੁਤ ਅੱਛੀਆਂ ਅੱਛੀਆਂ ਪਾਲਿਸੀਆਂ ਵੀ ਆਈਆਂ ਨੇ ਬੜੇ ਅੱਛੇ ਉਹਨਾਂ ਨੇ ਆਪਣੇ ਵਾਅਦੇ ਪੂਰੇ ਕੀਤੇ ਨੇ ਅੱਛਾ ਕਿੱਥੇ ਪਹੁੰਚ ਗਈ ਗੱਲ ਕੀ ਲੱਗਦਾ ਹੁਣ ਆਖਰੀ ਸਵਾਲ ਕੇ ਹੁਣ ਆਪਦੇ ਆਪ ਨੂੰ ਦੇਖਦੇ ਕਿੱਥੇ ਕੋ ਔਰ ਮੁਕਾਬਲਾ ਕੀ ਲੱਗਦਾ ਮੈਂ ਅੱਗੇ ਵੀ ਪੁੱਛਦਾ ਹਾਂ ਕਿ ਮੁਕਾਬਲਾ ਕੀ ਲੱਗਦਾ ਹੈ ਕਿਹਦੇ ਨਾਲ ਰਹਿਣ ਵਾਲਾ ਹੈ ਔਰ ਕਿੱਥੇ ਪਹੁੰਚ ਗਿਆ ਆਪਦੇ ਆਪ ਨੂੰ ਦੇਖਦੇ ਹੋ ਤੇ ਸਾਹਮਣੇ ਜਿਹੜੀਆਂ ਮੁਖਤ ਰਹਿਣੇ ਉਹਨਾਂ ਤਰ੍ਹਾਂ ਨੂੰ ਕਿੱਥੇ ਦੇਖਦੇ ਦੇਖੋ ਪਹਿਲੇ ਜੋ ਦੂਸਰੀਆਂ ਪਾਰਟੀਆਂ ਦੇ ਬੜੇ ਉਹਨਾਂ ਨੂੰ ਆਪਣੇ ਆਪ ਤੇ ਮਾਨ ਸੀ ਸਾਨੂੰ ਇੰਨੀਆਂ ਵੋਟਾਂ ਮਿਲੀਆਂ ਇੰਨੀਆਂ ਵੋਟਾਂ ਮਿਲੀਆਂ ਆਪ ਆਦਮੀ ਦੀ ਹੈ ਆਮ ਆਦਮੀ ਪਾਰਟੀ ਨੇ ਬਹੁਤ ਘੱਟ ਵੋਟਾਂ ਹੈਗੀਆਂ ਪਰ ਸਾਰਾ ਹੀ ਲੋਕਾਂ ਨੇ ਜੋ ਪਰਸੈਪਸ਼ਨ ਨੇ ਚੇਂਜ ਕਰ ਦਿੱਤੀ ਏ ਲੋਕੀ ਬਹੁਤ ਸਮਝਦਾਰ ਨੇ ਬਹੁਤ ਸਿਆਣੇ ਨੇ ਉਹਨਾਂ ਪਤਾ ਹੈਗਾ ਜਿਹਦੀ ਸਰਕਾਰ ਹੈਗੀ ਏ ਅਗਰ ਉਹਦਾ ਵਿਧਾਇਕ ਹੋਏਗਾ ਤੇ ਸਾਡੇ ਕੰਮ ਹੋਣਗੇ ਵਿਕਾਸ ਹੋਏਗਾ ਸਾਡੇ ਬਾਕੀ ਸਰਕਾਰੀ ਕੰਮ ਹੀ ਹੋਣਗੇ ਇਸ ਤਰ੍ਹਾਂ ਕੇ ਮਨ ਹੋਂ ਸਾਫ ਲੱਗ ਰਿਹਾ ਹੈ ਕਿ ਇਹ ਇੱਕ ਤਰਫਾ ਇਲੈਕਸ਼ਨ ਹੋਣ ਜਾ ਰਿਹਾ ਔਰ ਸਾਰੇ ਹੀ ਜੋ ਜਨਤਾ ਹੈ ਆਮ ਆਦਮੀ ਪਾਰਟੀ ਦੀ ਫੇਵਰ ਚ ਵੋਟਾਂ ਪਾਉਣ ਜਾ ਰਹੀ ਹੈ ਔਰ ਮਨਪੂਰਾ ਯਕੀਨ ਹੈ ਕਿ ਬਹੁਤ ਪਾਰਿਬੋ ਬੰਨਾ ਸੀ ਜਿੱਤਾਂਗੇ ਅੱਛਾ ਸਾਹਮਣੇ ਵੈਸੇ ਟੱਕਰ ਬੀਜਪੀ ਵਾਲੇ ਤੁਹਾਡੇ ਪੁਰਾਣੇ ਚਲੋ ਪਹਿਲਾਂ ਇੱਧਰ ਹੁੰਦੇ ਸੀ ਵਿਧਾਇਕ ਉਹਨਾਂ ਨਾਲ ਰੜੀਆਂ ਸ਼ੀਤਲੰਗਰਾਲ ਨਾਲ ਕਿ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਬੀਬੀ ਸੁੰਦਰ ਕੁਰਨਾ ਮੁਕਾਬਲਾ ਰਹੇਗਾ ਦੇਖੋ ਮਨ ਲੱਗਦਾ ਹੈਗਾ ਕਿ ਉਹ ਦੋਨੇ ਪਾਰਟੀਆਂ ਬਹੁਤ ਪਿਛੜ ਗਈਆਂ ਉਹਨਾਂ ਦੇ ਨਾਲ ਸਾਡਾ ਕਿਸੇ ਦਿਨ ਮੁਕਾਬਲਾ ਨਹੀਂ ਜਨਤਾ ਨੇ ਫੈਸਲਾ ਕਰ ਲਿਆ ਹੈ ਕਿ ਅਸੀਂ ਦੋਨਾਂ ਪਾਰਟੀਆਂ ਨੂੰ ਵੈਸੇ ਵੀ ਕਾਂਗਰਸ ਤੇ ਹੁਣ ਖਤਮ ਹੋਣ ਦੀ ਤਿਆਰੀ ਪੰਜਾਬ 'ਚ ਕੋਈ ਉਹਨਾਂ ਦਾ ਜਿਹੜੇ ਲੀਡਰ ਹੈਗੇ ਨੇ ਉਹੋ ਹੀ ਆਪਣੇ ਉਮੀਦਵਾਰ ਨੂੰ ਹਰਾਉਣ ਦੇ ਨੇ ਦੂਜਿਆਂ ਦੀ ਲੋੜ ਹੀ ਕੋਈ ਨਹੀਂ ਹੈਗੀ ਇਸ ਕਰਕੇ ਇੱਕ ਇੱਕ ਪਾਸੇ ਦੂਜੇ ਪਾਸੇ ਵੜੇ ਕਿਸੇ ਵੱਜ ਜਾ ਰਿਹਾ ਹੈਗਾ ਬਾਜਵਾਜ ਸਾਹਿਬ ਕਿਸੇ ਪਾਸੇ ਤੇ ਚੰਨੀ ਸਾਹਿਬ ਕਿਸੇ ਪਾਸੇ ਜਦੋਂ ਪਰਿਵਾਰ ਵਿੱਚ ਕੱਟਣਾ ਹੋਏ ਪਰਿਵਾਰ ਹੀ ਅਲੱਗ-ਅਲੱਗ ਹੋਏ ਉੱਥੇ ਜਿੱਤ ਦਾ ਸਵਾਲ ਹੀ ਨਹੀਂ ਹੈਗਾ ਔਰ ਲੋਕਾਂ ਨੇ ਤੈਅ ਕੀਤਾ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਤਾਣਗੇ